ماشاء اللہ لا حول ولا قوة الا باللہ العلی العظیم. اعوذ باللہ من الشیطان الرجیم، بسم اللہ الرحمن الرحیم. یا اللہ یا اللہ یا اللہ، یا رب یا رب یا رب، یا حی یا قیوم، یا ذو الجلال والاکرام، اسالک باسمک العظیم الاعظم ان ترزقنی رزقاً واسعاً حلالاً طیباً برحمتک یا ارحم الراحمین. بسم اللہ الرحمن الرحیم. لی خمسۃ فی بہا حر الوباء الخاتمہ المصطفی والمرتضی وابنا خما اللهم صل على محمد وآل محمد وأجل فرج قائم آل محمد. ایمان والے مل کے صلوات پڑھو، اللهم صل على محمد وآل محمد. کوشش کرو مجلس دی قبولیت واسطے بھی صلوات. اللہم صلی علی محمد و آل محمد. ہاں بالکل صحیح، ماشاء اللہ سے. اللہ اکبر یا رسول اللہ. اللہم صلی علی محمد و آل محمد. گزارش ہے امام حسین دے ناطے، سید ہون دے ناطے، اے وطن اے ضلعہ میرا ہے، اس سے وطن دا، اس سے ضلعے دا، تہاڈے ہی کلچر دا، تہاڈی ہی ثقافت دا، تہاڈی ہی بولی دا، اس مقام تے امام حسین دے صدقے پہلا چانس. مجلس امام حسین ہوں دیئے حسین دے صدقے. اور اے یاد رکھو، لکھاں دی تعداد وچ اگر 72 ہوون، نیت والے ہوون، کافی ہوں دے. ٹھیک ہے، اے جتنی بیٹھے ہو نا، جتنی بھی جعفری صاحب، جتنی بھائی باہر کھڑن، اے ضروری نہیں ہوندا بھئی فلاں ذاکر آئے تھے وہ 60,000 روپیہ گھندے جی ایک مجلس دا. سن دے بیٹھے ہو، تے مرنے تے حسین دا بابا کرسی گھات کے تیرے نال آ بہنے. ذرا سوچ سہی، علی کو منہ کیا دکھے سے تے 60,000 دیکھنے یا اون کو دیکھنے جیندے ہوتے بی بی راضی کہندے ہوتے ہیں. جعفری صاحب اے اتھا ارمان لگ دے، دکھ لگ دے بھی ذکر کو فیشن نہ بنا. اے مظلوم دی آہائے اور حسین دی بھین دی دعا ہے. گھرو اس نیت نال ٹور کے آندے نا کہ حسین سردار کو رومن دی خاطر ویندے پہ ہیں. تو مرد اے مستورات ہیں، مستورات آن دین باہن دین، اور مشان حسین دے وچ انہاں دا بہت بڑا مقام ہے. آزاداری کرنی، آزاداری سننی، تو وقت کوشش کیتا کر آزاداری دی زینت نہ بن، زینت بن تماشائی نہ بن، صرف زینت بن کہ حسین دی ماں تیرے تے راضی ہووے. اے جتنی بیٹھے ہو نا، کافی دیر دی مجلس شروع ہے، میں دیکھ سا صحیح کیڑا بندہ بول نہیں سکدا. جتنے بھائی باہر کھڑے، اللہ کرے اے میں غریب سید دی ربائی انہاں تک پہنچ ونجے. میں دیکھ سا کیڑا بندہ ولایت علی رکھیں دے بلیں دا نہیں، ولایت علی رکھیں دے بلیں دا نہیں، ولا کے ہاتھ پہ بیعت نماز کرتی ہے. توجہ کر رہے بھئی فخر. اور ہاں
ਇਹ ਬਾਈ ਜੀ ਯਾਦ ਨਹੀਂ ਵਾਰ ਦਿੱਤੇ ਨੇ, ਚੰਗਾ ਅਜ਼ਾਦਾਰੂ ਹੋਣ ਜਿਹੜਾ ਨਮਾਜ਼ੀ ਹੋਵੇ, ਠੀਕ ਹੈ ਨਾ। ਮੈਂ ਸੈਯਦ ਹੋਣ ਦੇ ਨਾਤੇ ਬਾਕੀ ਕੁਝ ਨਾ ਥਾ, ਕਮ ਅਜ਼ ਕਮ ਉਸ ਰਹਿਮਾਨ ਖਾਲਿਕ ਦਾ ਇਤਨਾ ਤਾਂ ਸ਼ੁਕਰੀਆ ਅਦਾ ਕਰ ਜਾ, ਉਸ ਤੇ ਕੋ ਹੁਸੈਨ ਜੈਸਾ ਇਮਾਮ ਅਦਾ ਕੀਤੇ, ਵਿਲਾ ਕੇ ਹੱਥ ਪੇ ਸੱਤਵੇਂ ਇਮਾਮ ਦਾ ਫਰਮਾਨ ਹੈ ਜਾਫਰੀ ਸਾਹਿਬ, ਮੈਂ ਆਪ ਨਾ ਖੜਾ ਦਾ, ਮੈਂ ਆਪ ਨਹੀਂ ਲਿਖੇ ਹੋਈ, ਲਿਖੀ ਕਹੀਂ ਸ਼ਹਿਰ ਹੈ, ਸੱਤਵੇਂ ਇਮਾਮ ਦਾ ਫਰਮਾਨ ਉਹਨਾਂ ਲਿਖੇ, ਲੋਗੇ ਪੁੱਛੇ ਮੌਲਾ ਇਹ ਦੱਸਾਓ, ਇਹ ਆਇਆ ਦਾ ਤਰਜਮਾ ਹੈ ਵੀ ਬਾਦਸ਼ਾਹ ਪਿਆ ਫਰਮਾਉਂਦੇ, ਵਹਿ ਹੈ ਐਸੇ ਨਮਾਜ਼ੀ ਤੇ ਜਿਹੜਾ ਆਪਣੀ ਨਮਾਜ਼ ਦੀ ਹਿਫਾਜ਼ਤ ਨਹੀਂ ਕਰੇਂਦਾ। ਮੌਲਾ ਕਿਨਾ ਤੂੰ ਪੁੱਛੇ ਉਹਨਾਂ ਆਖਿਆ ਜੀ ਜਿਹੜਾ ਦੇਰ ਨਾਲ ਨਮਾਜ਼ ਪੜ੍ਹਦੇ ਉਸ ਦੇ ਉੱਤੇ ਅੱਲਾ ਵਹਿ ਪਿਆ ਕਰੇਂਦੇ, ਤੇ ਮੌਲਾ ਨਬੀ ਫਰਮਾਉਂਦੇ ਜਿਹੜਾ ਬੰਦਾ ਨਮਾਜ਼ ਕਜ਼ਾ ਕਰਕੇ ਦੁਨੀਆ ਤੋਂ ਟੁਰ ਗਿਆ ਉਸਦਾ ਵੱਡਾ ਬੇਟਾ ਚਪੜੇ ਅਦਾ ਹੋਵੇ ਸੀ। ਮੌਲਾ ਕੋਈ ਸਮਝ ਨਹੀਂ ਆਈ, ਮੌਲਾ ਫਰਮਾਉਂਦੇ ਨਾ ਆਓ ਮੈਂ ਤੁਹਾਨੂੰ ਉਹ ਨਮਾਜ਼ੀ ਦਿਖੇਂਦਾ, ਇਮਾਮ ਦੱਸਾਏ ਆਪਣੀ ਜ਼ੁਬਾਨ ਵਿੱਚ ਮੈਂ ਪਿਆ ਦਾ ਵਿਲਾ ਕੇ ਹੱਥ ਪੇ ਬਈਅਤ ਨਮਾਜ਼ ਕਰਤੀ ਹੈ, ਅਲੀ ਵਲੀ ਕੀ ਮਿਦਹਤ ਨਮਾਜ਼ ਕਰਤੀ ਹੈ। ਮੌਲਾ ਫਰਮਾਉਂਦੇ ਜੋ ਰੱਖ ਕੇ ਦਿਲ ਮੇ ਬੋਗਜ਼ ਹੈਦਰ ਕਾ ਪੜ੍ਹਤੇ ਹੈ ਨਮਾਜ਼, ਉਨਕੀ ਸ਼ਕਲ ਪੇ ਲਾਨਤ ਨਮਾਜ਼ ਕਰਤੀ। ਯਾ ਅਲੀ ਅਲੈਹਿਸ ਸਲਾਮ, ਜ਼ਿੰਦਾ ਹੋ ਸਲਾਮਤ ਰਹੋ, ਜ਼ਿੰਦਾ ਹੋ ਸਲਾਮਤ ਰਹੋ, ਹੋਵੇ ਆਜ਼ਾਦਾਰ ਤੇ ਬੋਲੇ ਨੇ ਬਿਸਮਿਲਾ। ਮੇਰਾ ਮੇਰਾ ਦਿਲ ਚਾਹੁੰਦੇ ਵੀ ਇਹ ਇਸੇ ਦੀ ਜਾਤ ਇੱਕ ਸੋਹਣੀ ਜੀ ਬਈ ਚ ਸੁਣਾਵਾਂ, ਭਾਵੇਂ ਪਾਬੰਦੀ ਹੈ ਭਾਵੇਂ ਪਾਬੰਦੀ ਹੈ, ਇਹ ਨਾਲ ਕਬਰ ਪਈ ਹੈ ਸ਼ਹੀਦ ਦੀ ਅਲਾਮਾ ਨਾਸਰ ਸਾਹਿਬ ਦੀ, ਇਹ ਰੁਬਈ ਮੈਂ ਉਸੇ ਤੋਂ ਸੁਣੀ ਆ, ਲੇਕਿਨ ਉਸ ਜਿਹੜੇ ਅੰਦਾਜ਼ ਹੈ ਸੁਣੀ ਹੀ ਇੱਥਾ ਦਿਲ ਦੇ ਉੱਤੇ ਲੱਗੀ ਹੈ। ਔਰ ਯਾਦ ਰੱਖੋ ਮੁਹੰਮਦ ਮੁਸਤਫਾ ਜਿਹਦਾ ਬਿਲਾਲ ਦਾ ਮੋਢਾ ਨਪਿਸ ਨਾ ਬਈ ਜਾਫਰੀ ਸਾਹਿਬ, ਤੇ ਸਾਹਮਣੇ ਖੜਾ ਕੇ ਦੇਖ ਕੇ ਦਿਨ ਮੈਂ ਦੇਖਦਾ ਖੜਾ ਤੂੰ ਰੰਗ ਦਾ ਸਿਆਏ ਹੋਂਟ ਤੇਰੇ ਮੋਟੇ ਜ਼ੁਬਾਨ ਚ ਲੁਕਣਾ ਤੇ, ਨਬੀ ਫਰਮਾਉਂਦੇ ਭਾਵੇਂ ਜੋ ਜ਼ੁਬਾਨ ਚ ਲੁਕਣਾ ਤੇ ਮੈਂ ਮੁਹੰਮਦ ਮੁਸਤਫਾ ਹੋ ਕੇ ਪਿਆਦਾ, ਅੱਜ ਤੋਂ ਬਾਅਦ ਮੇਰਾ ਮੁਅਜ਼ਨ ਤੂੰ ਏ। ਉਹ ਯਾਰ ਜੇ ਕੋਈ ਨਬੀ ਮੁਅਜ਼ਨ ਬਣਾਵੇ ਬਈ ਫਖਰ, ਉਸੇ ਵੇਲੇ ਲੋਕ ਚਾਹ ਕੇ ਨਾ ਮੌਲਾ ਇਹ ਢੇਰ ਸਾਰੇ ਵੱਡੇ ਕੱਦ ਵਾਲੇ ਖੜੇ ਨੇ ਇਹਨਾਂ ਕੋ ਮੁਅਜ਼ਨ ਚ ਬਣਾ, ਢੇਰ ਸਾਰੇ ਸੁਰੀਲੇ ਖੜੇ ਨੇ ਇਹਨਾਂ ਕੋ ਮੁਅਜ਼ਨ ਚ ਬਣਾ। ਬਿਲਾਲ ਅਜ਼ਾਨ ਦੇਂਦਾ ਰਹੀਏ ਮੁਸਲਮਾਨ ਚੁੱਪ ਰਹੀਏ, ਵਤ ਇਹ ਦੱਸੋ ਮੁਸਲਮਾਨ ਰੋਕੇ ਨੇ ਜਾਂ ਅੰਗਰੇਜ਼ ਰੋਕੇ ਨੇ ਬਿਲਾਲ ਕੋ, ਮੁਸਲਮਾਨ ਰੋਕੇ ਨੇ ਨਾ, ਉਹਨਾਂ ਵਾਸਤੇ ਪਿਆਦਾ ਭਾਵੇਂ ਪਾਬੰਦੀ ਹੈ ਭਾਵੇਂ ਪਾਬੰਦੀ ਹੈ, ਹੱਕ ਦਾ ਪੈਗਾਮ ਲੋਕੀ ਲੁਕਾ ਨਹੀਂ ਸਕੇ, ਜਿਹੜਾ ਹਬਸ਼ੀ ਹੈ ਮੂੰਹ ਵਿੱਚ ਲੁਕਨਤ ਵੀ ਹੱਸ ਉਹ ਮੁਅਜ਼ਨ ਕੋ ਸੌਰੇ ਹਟਾ ਨਹੀਂ ਸਕੇ। ਸ਼ਾਬਾਸ਼ 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 ਯਾ ਅਲੀ ਅਲੈਹਿਸ ਸਲਾਮ, ਇਹ ਜ਼ਰੂਰੀ ਜੋ ਲੱਖਾਂ ਦਾ ਮਜਮਾ ਹੋਵੇ ਉਹ ਮੁਅਜ਼ਨ ਕੋ ਸੌਰੇ ਹਟਾ ਨਹੀਂ ਸਕੇ, ਕਿਉਂ ਮੂੰਹ ਦੀ ਲੁਕਨਤ ਬਹਾਨਾ ਹੈ ਇਤਰਾਜ਼ ਦਾ, ਦਿਲ ਦੀ ਆਪਣੀ ਕਦੂਰਤ ਲੁਕਾ ਨਹੀਂ ਸਕੇ, ਕਿਉਂ ਦਰ ਅਸਲ ਉਹਦੀ ਬਾਂਗ ਵਿੱਚ ਵਲੀਉੱਲਾਹ ਉਹ ਲੁਕਾ ਨਹੀਂ ਸਕਿਆ ਇਹ ਬਚਾ ਨਹੀਂ। ਯਾ ਅਲੀ ਅਲੈਹਿਸ ਸਲਾਮ, ਯਾ ਅਲੀ ਅਸਲਾਮ, ਤੁਸਾਂ ਜਿੰਦੇ ਰਹੋ, ਮਾਂ ਹੁਸੈਨ ਦੀ ਤੁਹਾਡੇ ਤੇ ਰਾਜ਼ੀ ਹੋਵੇ। ਜੀ 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 ਸਭ ਮਿਲ ਕੇ ਬੋਲੋ ਹੈਦਰੀ। ਅੱਛਾ ਇਹ ਗੱਲ ਤਾਂ ਹੁੰਦੀ ਹੈ ਛੋਟੀ ਜਿਹੀ, ਲੇਕਿਨ ਕਿਸੇ ਬੰਦੇ ਨੂੰ ਪਤਾ ਹੁੰਦਾ ਕਿਸੇ ਬੰਦੇ ਨੂੰ ਪਤਾ ਨਹੀਂ, ਇਹ ਜਿਹੜਾ ਸੂਰਜ ਹੈ ਨਾ ਸੂਰਜ, ਇਸ ਦੇ 40 ਅੱਖਾਂ ਉਤਲੇ ਪਾਸੇ ਹਨ, ਇੱਕ ਅੱਖ ਤਲਵੇ ਪਾਸੇ ਉਹ ਵੀ ਅੱਧੀ ਖੁੱਲੀ ਹੋਈ ਹੈ। ਔਰ ਯਾਦ ਰੱਖੋ ਤਾਰੀਖ ਇਸਲਾਮ ਚ ਆ ਕੇ ਦੇਖੋ 70,000 ਫਰਿਸ਼ਤਾ ਹੁੰਦੇ ਜਿਹੜਾ ਸੂਰਜ ਕੋ ਨੱਪ ਕੇ ਉੱਤੇ ਗਿਣਾਉਂਦੇ, ਜ਼ਰਾ ਥੋੜਾ ਜਿਹਾ ਸੁਚਾ ਹੈ, 70,000 ਫਰਿਸ਼ਤਾ ਹੈ ਸੂਰਜ ਕੋ ਨੱਪ ਕੇ ਉੱਤੇ ਗਿਣਾਉਂਦੇ। ਮੇਰੇ ਕੋ ਮਿੰਬਰ ਹੈ ਹੁਸੈਨ ਦੀ ਕਸਮ, ਅਲੀ ਦਾ ਨੌਕਰ ਹੈ ਜ਼ਹਰਾ ਦੇ ਬੂਹੇ ਦੇ ਉੱਤੇ ਸਰ ਰੱਖ ਕੇ ਸੁੱਤਾ ਪਏ, ਤਵੱਜੋ ਕਰੇ ਲੋਕ ਦੌੜਨ ਸੂਰਜ ਨਹੀਂ ਪਿਆ ਨਿਕਲਦਾ ਮੁਹੰਮਦ ਮੁਸਤਫਾ ਦੇ ਕੋਲ, ਜ਼ਹਰਾ ਦੇ ਬੂਹੇ ਤੇ ਸੁੱਤਾ ਪਿਆ ਤੇ ਹੌਲੇ ਹੌਲੇ ਦੇਖ ਕੇ ਆਦੇ ਬੀਬੀ ਕਿਆ ਮੇਰੀ ਨੌਕਰੀ ਤੁਹਾਨੂੰ ਪਸੰਦ ਨਹੀਂ,
بیبی آدھی چاچا بلال گھبرا نہیں بھاوے جو 70,000 فرشتے تو اذان نہ دے سے تے اے چپ کر کے کھڑے رہ سن اے ہن نوکر وت سردار اچھا ایتھے جعفری صاحب ایک ایتھوں گل نکلدی پی ذہن دے وچوں کائنات یا جتنے کم ہیں جتنے بھی کم ہیں مردہ جیواونا انسان مار چھوڑنا سورج پلٹا چھوڑنا کوئی گئے اسے رد شمس ڈٹھا اسی جڑی آج بھی موجود ہے مسجد رد شمس مولا امیر علیہ السلام نے انگل نال واپس کیتے سورج اس سارے کم چھوٹے ہیں مردہ زندہ کرنا کائنات تبدیل کر چھوڑنا ڈی کو رات رات کو ڈی کر کے سارے کم کٹھے چکر علی علیہ السلام دے ناخن دے برابر نہیں بن دے اچھا وات لگ ویندے موہر تھپا لگ ویندے جی اے غالی بن دے ویندن علی کو بلند کریں دے ویندن اچھا بل زمانے دے سوچ دا سائی جدا ساری کائنات دے کم کٹھے کر کے علی دے ناخن دے برابر نہیں بن دے پتہ نہیں علی دا اللہ کتنا بلند ہو سی جے کو علی سجدہ کر کے دے سبحان ربی العالی وابے ذرا کوشش کیتا کر نہ سوچیا کر علی کو ذہنی پھٹ ویسیا اتھو منیا کر اتھو میں اس واسطے نہ کو نہیں آکھا شاید کٹھے باندھے نہ کو گرمی لگے جتھا بیٹھے سن دیتا بیٹھے نا جی یا علی علیہ السلام یا علی علیہ السلام سارے مل کے ایک دفعہ بلند صلوات پڑھو اللہم صلی اللہ محمد وآل محمد جعفری صاحب عزادار امام حسین بیٹھن اے جڑا جملہ خصوصاً تواری نظر سلیمان کو جان دے ہو نا او یار صبح و صویرے جے کو محمد مصطفیٰ دے نواز سے آ کے چاچا کر کے سڑے دیں نانا کر کے سڑے دیں جان دے ہو کہیں بندے ہاتھ ناپ کیا کہ سلیمان اے جو ڈاڑھی نال جھاڑو دے دیں بی بی دے دروازے دا رنگ کیسے ہے توجہ ہے سلیمان چوپے اس وقت پوچھے اچھا ایڈ ایسا رنگ نیڈ ایسا سے دت ایسا سی لکڑی یلو ہے سلیمان واتی چوپے توجہ کر رہے انہاں کے سلیمان دا سیندہ کیوں نے رنگ کیسے ہے تاکہ ایسا اپنے گھر آن دا رنگ اس طرح کروں دروازہ کیسے ہے لکڑی دا یلو ہے دے میرو ڈکھا ہے تاکہ ایسا اپنے دروازے ایسے بڑھوں سلیمان محمدی اٹھ کے مسکرا کے دے کہتے بار بار جو میں تو پوچھ دیو میں کہا ہاں بطول دے دروازے کو ڈٹھے جس دروازے دے اٹھے سلیمان سر جھکا کے رنگ نہیں دے دا اس سے دے دیا دھیاں اڑ گئی یا نہیں جتنی بیٹھوں نا میں کوشش کی تھی تھوڑا جب ماحول ٹھیک ہو ونجے مقصد ہر انسان دا بھائی جی رومن ہوندے گھر دے وچوں اس سے نیت نال ٹرون دے نا حسین دی بھین کو پرچاوی دے سوں اذان ہے تیرے امام دا نام ہے تیرے امام دا نام چاوا چاچا جی قرآن میں سر تے رکھ کے سید ہو کے کتاب وچ میں آپ پڑھے سر تے رکھ کے قسم چاون کو تیار ہاں حسین دی بھین دا برکہ علی ولی اللہ دی وجہ تو لوٹے نے شاباش شاباش ماں حسین دی راضی ہوئے شالا دنیا دا کوئی غم نہ دیکھو سوائے غم شبیر دے
मैं कोशिश करे शायद इस मिंबर दे उते चाचा जी भाई जाफरी साहब भाई फखर शायद हो सकते कहीं जाकर थप्पड़ा हो गए। किताब का नाम जितनी बैठे हो तारीख पढ़ते हो तो सर चाह के मैरू लिखा किताब का नाम है अहसनुल मकाल, ठीक है। और सारे इतू सराकी बेल्ट दे मुझ तहत लेवल दे एक आलम गुजरन जिसका नाम है अलामा वजीर हैदर, जिन्हें बुजुर्ग सुना हो सी बिल्कुल सादा जे किस्म दे मुझ तहत लेवल दे बंदे वो ये मजमून बहुत ढेर पढ़ते हैं। मैं थोड़ा जिहा माहौल वध चैक करे सां देख सा किहड़े बंदे दी हंज नहीं आती किहड़ा बंदा रो नहीं सकता होवे हुसैन दा जिक्र अगू सुनने वाले होवे आजादार ते वत हंज ना आवे जिंदान ओ मिले जिंदी छत कोई ना आई। शाबाश अल्लाह तुरे सगीरा ओ कबीरा गुनाह माफ फरमावे। जिंदान ओ मिले बोलो आज जुम्मा है। इसे जुम्मे दे हवाले नाल जिहड़े आसे पासे दे खयार रखी बैठे हो बेशक तू सब बाहर उठी के वन सकदे हो जुम्मे दा दिन है ना छेवें मासूम तू कहीं पूछा मौला इस जिहाड़े को जुम्मा क्यों आखा वेंदे मौला फरमेंदन कह ना दे हर रूह को सद के जम्मा कीता गया ते साड़ी विलाद उते इकरार कीता गया इस वास्ते को जुम्मा आखा वेंदे, ठीक है ना। जुम्मा जहने चागे मोहम्मद आले मोहम्मद दी आओ बिस्मिल्लाह सही मेरो लिखा है तुसा इमाम हुसैन दे बेऐब ते सोने जे आजादार जाकिर आओ बिस्मिल्लाह मेरो लिखा है मेरो लिखा है मेरो लिखा है दोस्तों मैं क्या गुजारिश की थी बुजुर्गो जिंदानों मिले जिस दी छत कोई नहीं ते उस जिंदान दे विच बहाना लिया हैं कौन सिर्फ नबी दिया नवासियां आग छोड़ी आया ते तत्हीर दिया मालिक सही आजादियां। अब्दुल्ला नामी शख्स है भाई जाफरी साहब जरा रिवायत करें दे बहुत जल्दी करके हूँ अब्दुल्ला नामी शख्स है जरा रिवायत करें दे उससे गली चू गुजर के मैं वेना अल्लाह की इबादत करने की खातिर भाई जी जिन्हें तवज्जो मैं दो मैं लिखा है जेडे आसे पासे दे दे बैठे हो सैयद होवन के नाते हाथ जुड़े ना मसाइब दे विच अगर बाहर देखने तो बेशक उठी वाज हिक हिक गल दिल ते नक्श करान दी है आधे मैं नमाज पढ़ने की खातर वेना जुम्मे का दिन है नमाज पढ़ के घर च वापस वाला डिठे मेरी जौजा कुछ है चूल्हे ते बह के तैयार बैठी करें दी है अगे मर्द औरतां तू औरत मर्द तू अपना अकीदा लुकेंदी है अब्दुल्ला दे मैं नाल आके बैठा दोजानू होके भला हो भी क्या बैठी पकेंदी है तलियां टेक के उठे उस आखे अज भावे मार छोड़े दसें दी हां हुसैन सरदार दी नियाज बैठी पके दियां उस आखे नियाज बिस्मिल्ला नियाज हां वक्त अज ये नियाज पका के मासूम बच्चे तकसीम करे सां नाले दुआ मंगवे सां गल खत्म मसैब दा पहला जुमला मासूम बच्चे तकसीम करवे सां वत दुआ मंगवे सां भाई जी इसका शौहर तलियां टेक के उठे इंज हाथ जोड़ के दे तेरा शौहर भी हाँ मर्द भी हाँ हाथ बधीखना इस साल नियाज पका के मासूम बच्चे तकसीम ना करें। अब्दुल्ला दे क्यों सर चुका क्या दे अगर मन वे तो बाजार डूबे जुर्म कैदी देखाया सदके 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 बिस्मिल्ला सही बिस्मिल्ला मां हुसैन दी राजी हुए जी सी बुजुर्गो बिस्मिल्ला अगर मन वे तो बाजार च डूबे जुर्म कैदी देखाया भला हो भी किवें अदे इसे गली चु गुजर के नमाज पढ़ने की खातर अर जुम्मे की नमाज पढ़ के मैं वापस फला कयामत का मंजर है डिठम वड्डा कैदी रत बैठा रोंदे छोटा कैदी चोले दे दामन नाल अखा साफ करके दे बाबा हुण तो रत ना रो
آدھے چند قدم چیم یا کانڈ پیچھو آواز یہ بابا نہیں بھول دا تیرا چپ کر کے گھوڑے تو لہ وجنا نیاز پکا میرے نہ لگی جل انہاں دے وے تقسیم چکر جنہاں دا ریحا کوئی نہیں ان دے نال پردادار بھی ہیں بچے بھی ہیں کہیں پردادار دی میں آواز نہیں سنی تیری منت کریں دا انہاں کو لگی جل نالے نیاز انہیں تقسیم کر جو دعا منگوے سے میرا دل قبول کریں دے آج قبول ہو سی بھائی جی نیاز پک گئی اب وہ عبداللہ بس جلدی نال پچھو عبداللہ دی زوجہ انج نیاز چاہ کے دوہیں پیو پوتر چاچا جی ہی کی کڑی اچ قید بیٹھن عبداللہ آکھڑے سامنے دوہیں ہاتھ سر تیرا کے دے چاچا میرا سلام ہوگی ایڈو تلیاں ٹیک کے اٹھے باقر دا بابا علیکہ سلام سید فرمیدن میں دو دیکھ میری ڈاڑھی سفید ہے تیری سیاہ ایندہ اے مطلب نہیں جو میں تیرا چاچا اس کے کمر جھک گئی ڈاڑھی سیاہی 100 سال دا ضعیف لگ دیں باکر اگاں وات کیا دے جھینا کناڈے میں جن دے اکھان دے سامنے ماں دا برکہ لوٹی جو انجے ایرو سید فرمین جلدی کر اپنے پردادار کو آکھ اندر ونجے متا کہیں کمینے دی نگاہ لگ ونجے میری پھوپھیاں دی اپنی قسمت سن دے بیٹھے ہو یار تسا آسے پاسے دے دے بیٹھے ہو میں محنت کر کے لفظ سناونا چاہنا بھائی جی اس دی زوجہ نیاز چاہ کے اندر آئی نیاز چاہی ودی این ہاتھ تے اتھا آئیے جتھا علی دی مریم مزاج تھی بیٹھی آئی نیاز رکھے سکھ پاسے دوہیں ہاتھ قدمہ تے رکھ کیا دے بی بی شکل تو محسوس ہوں دے اس لوٹے پور دی ملاحتوں ہیں بی بی اے میں نیاز پکائیے بی بی ادھے نیاز کیوں پکائی سر جھکا کے دیکھ کیا دی بی بی تے کو پتہ نہیں مدینے نوستہ ایک بادشاہ ہے جن دا نام ہے حسین ابن علی بی بی میں ہی مدینے نوستیاں بچپن وچ میں بیمار ہو گئی ہے میری ماں چاہ کے گھن گئی ہے حسین دی ماں دے کول حسین دی ماں دے قدمے سما کیا کہ بی بی منگ دعا میری بچی ٹھیک ہو جائے بی بی حسین نے میرے حق کے دعا کی تھی میں ٹھیک ہو گئی ہم ٹر دی جاتے میری ماں کو کہ جتنی عرصہ زندہ رہیں ہر سال نیاز پکا کے میرے حسین دے سر دی خیریہ دی دعا مگئی کر بی بی میں نیاز پکے لیاں شادی میری شام ہوئی ہے ماں میری دنیا تو ٹر گئی ہے ہر سال نیاز میں پکے لیاں بی بی اے محرم دا چن چڑھتا ڈٹھائی صدقے 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 محرم دا چن چڑھتا ڈٹھائی بی بی آدھے جی میں ڈٹھے شالا کوئی نہ دیکھے بی بی اے محرم دا چن چڑھے میرا دل اداس ہے صدقے ہوا ماں حسین دی راضی ہوئے بی بی مانگ دعا شالا حسین دو خیریت ہوئے بی بی آدھے حسین دی خیریت دی دعا نہ منگا اگر منوانیے تا 70 قدم تے کستہ دے کے آن دی بیاں صدقے ہوا ماں حسین دی راضی ہوئے یار سونا جی اپنے یار میں تو سمجھے تھکا بیٹھا اسے من ونجے تا 70 قدم تے کستہ دے کے آن دی پیاں عورت ہاتھ جوڑ کے دی بی بی حسین تیرے ہی کچھ لگ دے اسے لیکن میں تا اون حسین دی گل پی کریں دیاں جڑھا کائنات دا بادشاہ ہے بی بی آدھی اگر آکھے تا اسے غریب دا تعارف سنا ماں وطرا لے او تعارف سن تیرے حق کے دعا کرا ٹر ونجاں تعارف سنا ماں عورت دی بی بی بسم اللہ بی بی آدھے دسا ہاں اوہو حسین جن دے نانے دا نام محمد ہے ازاداریں اگر ہاں جناوی تا مقدر دا گلہ کریں وط بی بی دے کیا دی اوہو حسین جن دے باب دا نام علی ہے وط بی بی دے کیا دی دسا ہاں اوہو حسین جن دے بھرا دا نام حسن ہے اتھا بی بی رو کیا دی دسا ہاں اوہو حسین جن دے چوکی دار کو لوگ عباس آدن ہیں اتھا بی بی چپ کر گئی ہے اور آتا دی بی 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 تعارف سنا بی بی رنیے آسے پاسے ڈٹھے سے بی بی آدھی اوہ حسین جیندی بھیندہ نام زینب تھک نہیں تھک نہیں تھک نہیں یار اللہ دے ناتے تھکے نہیں بی بی آدھی اوہ حسین نام زینب اور
ਕਦਮਾਂ ਤੇ ਹੱਥ ਰੱਖ ਕੇ ਆਦੀਏ ਬੀਬੀ ਸਾਰੇ ਨਾਮ ਆਪਣੀ ਮਰਜ਼ੀ ਨਾਲ ਚੈਨੀ ਮਿੰਨਤ ਕਰੇਂਦੀਆਂ ਆਈ ਬੀਬੀ ਦਾ ਨਾਮ ਨਾ ਚਾਹੇ ਔਰਤ ਦੀ ਆਵਾਜ਼ ਆਉਂਦੀ ਹੈ ਤੈਨੂੰ ਪਤਾ ਨਹੀਂ ਕੁਜਾ ਸ਼ਾਮ ਕੁਜਾ ਅਲੀ ਦੀ ਮਰੀਮ ਮਿਜ਼ਾਜ ਦੀ ਜ਼ੈਨਬ ਬੀਬੀ ਆਦੀ ਮਨ ਵਨ ਜੋ ਹੁਸੈਨ ਕੁਸਕੀ ਆਈ ਆਦੀ ਮਨ ਗਈਆਂ ਜੋ ਹੁਸੈਨ ਕੁਸਕੀ ਆਏ ਹੁਣ ਮਿੰਨਤ ਕਰੇਂਦੀਆਂ ਮੰਗ ਦੁਆ ਸ਼ਾਲਾ ਜ਼ੈਨਬ ਦੀ ਜ਼ਿਆਰਤ ਵਨ ਕਰਾਂ ਬੀਬੀ ਦੀ ਆਵਾਜ਼ ਆਉਂਦੀ ਆ ਗਾਰੀ ਥਾਈ ਮਿਲ ਵਨੇ ਤਾਂ ਸੁਜਾਣ ਵੈਸੇ ਆਦੀ ਅੱਲਾ ਮਾਨ ਕਰ ਕੁਜਾ ਸ਼ਾਮ ਕੁਜਾ ਅਲੀ ਸਦਕੇ ਹੋਵਾਂ ਮਾਂ ਹੁਸੈਨ ਦੀ ਰਾਜ਼ੀ ਹੋਵੇ ਬੀਬੀ ਆਦੀ ਅਗਰ ਸੁਜਾਣੇ ਤਵਾ ਤਾਂ ਮੈਂ ਦੋ ਦੇਖ ਮੈਂ ਕੌਣ ਔਰਤ ਪਹਿਲੇ ਖੜੀ ਆਈ ਵਾ ਤਗਾਂ ਵਾਦ ਕੇ ਆਦੀ ਹੈ ਅੱਲਾ ਦਾ ਨਾਈ ਮੈਂ ਕੁੜਾ ਸਾ ਤੂੰ ਕਿਹੜੀ ਜ਼ੈਨਬੇ ਬੀਬੀ ਆਦੀ ਹੈ ਸੱਚ ਹੈ ਜੋ ਪੁੱਤਰਾ ਮੋਇਆ ਕੋ ਕੋਈ ਨਹੀਂ ਸੁਣਨੇ ਦਾ ਔਰਤ ਕਦਮਾਂ ਤੇ ਮੱਥਾ ਮਾਰ ਕੇ ਆਦੀ ਹੈ ਪਹਿਚਾਣ ਗਈਆਂ ਜੋ ਤੂੰ ਅਲੀ ਦੀ ਧੀਏ ਹੱਥ ਜੋੜ ਕੇ ਆਦੀ ਹੈ ਨਹੀਂ ਪੁੱਛਦੀ ਜੋ ਤੇਰੀ ਚਾਦਰ ਕਿਣ ਗਈ ਹੈ ਅੱਲਾ ਦਾ ਨਾਈ ਕੇ ਸਵਾਲ ਦਾ ਜਵਾਬ ਚਾ ਦੇ ਉਹ ਕਿਣ ਗਿਆ ਏ ਉਹ ਜਿਹਦੇ ਚੋਲੇ ਸੀ ਕੇ ਰੱਖ ਗਈ ਆਈ ਮਾਜ਼ਾ